पिछले कुछ समय में शिवनिया अकाली दल में काफी बवाल हो रहा है लेकिन पिछले 24 घंटे में ये बवाल बिल्कुल चरम पर है हमारे साथ बात करने के लिए इस वक्त हैं प्रोफेसर प्रेम सिंह चंदू माजरा सीधा उन्हीं से बात करते हैं सर ये बवाल आखिरकार क्यों उठा क्योंकि पहले तो ऐसा लग रहा था कि पार्टी सही चल रही है पार्टी का रिजल्ट जैसे ही आया इलेक्शन का रिजल्ट अब ऐसा लग रहा है कि काफी स्वर हैं वो सुखबीर बादल के खिलाफ उठने लगे ਦੋ ਗੱਲ ਇਹ ਆ ਕਿ ਜਿਵੇਂ ਤੁਸੀਂ ਕਿਹਾ ਵੀ ਠੀਕ ਚੱਲ ਰਹੀ ਸੀ ਪਰ ਜਦੋਂ ਜਦੋਂ ਰਿਜ਼ਲਟ ਆਇਆ ਨਾ ਮੇ ਲੋਕਾਂ ਦੀ ਜਿਹੜੀ ਡਿਕਟਾਈ ਆ ਉਹ ਮਤਲਬ ਬੜੀ ਚਿੰਤਾ ਵਾਲੀ ਗੱਲ ਸੀ ਕਿਉਂਕਿ ਇੱਕ ਵਾਰੀ ਨਹੀਂ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਜਦੋਂ ਲੋਕ ਬਾਰ ਬਾਰ ਫਤਵਾ ਦੇਣ ਤੇ ਉਦੋਂ ਕੁਦਰਤੀ ਤੌਰ ਤੇ ਫਿਰ ਚਿੰਤਾ ਵੀ ਵੱਧਦੀ ਆ ਫਿਕਰ ਵੱਧਦਾ ਤੇ ਸੋਚਣਾ ਬਣਦਾ ਡੰਗਾਈ ਨਾਲ ਕਿ ਇਹ ਹਾਲਾਤ ਪਾਰਟੀ ਦੇ ਅਰਸੇ ਫਰਸੇ ਕਿਉਂ ਹੋ ਰਹੇ ਨੇ ਕਿਹੜੀਆਂ ਕਮੀਆਂ ਨੇ ਕਿਹੜੀਆਂ ਖਾਮੀਆਂ ਨੇ ਉਹ ਕਿਵੇਂ ਦੂਰ ਹੋਣ ਮੁੜ ਕੇ ਫਰਸ਼ ਤੋਂ ਹਾਸਤੇ ਲੈ ਕੇ ਜਾਈਏ ਪਾਰਟੀ ਨੂੰ ਇਹ ਸਿਹਰਦ ਲੋਕਾਂ ਦੀ ਇੱਕ ਚਿੰਤਾ ਸੋ ਜਿਹੜੇ ਪਾਰਟੀ ਨੂੰ ਪਿਆਰ ਕਰਦੇ ਨੇ ਜਿਹੜੇ ਪਾਰਟੀ ਨੂੰ ਚੰਗਾ ਸਮਝਣਾ ਮਜ਼ਬੂਤ ਕਰਨਾ ਚਾਹੁੰਦੇ ਨੇ ਸੋ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਆ ਕਿ ਸਾਡੇ ਵਰਗੇ ਲੋਕ ਜਿਹੜੇ ਮਾਨਦਾਰੀ ਨਾਲ ਸਿਹਰਦ ਹੋ ਕੇ ਪਾਰਟੀ ਨੂੰ ਬਚਾਉਣ ਲਈ ਸੋਚ ਰਹੇ ਨੇ ਉਹਨਾਂ ਨੂੰ ਬੀਜਪੀ ਦਾ ਏਜੰਟ ਕਹਿਣਾ ਕਾਂਗਰਸ ਦਾ ਏਜੰਟ ਕਹਿਣਾ ਇਹਦੇ ਨਾਲ ਇਹ ਪਾਰਟੀ ਕਮਜ਼ੋਰ ਕਰਨਾ ਚਾਹੁੰਦੇ ਨੇ ਜਿਹੜੇ ਗੱਲਾਂ ਕਹਿੰਦੇ ਨੇ ਪਾਰਟੀ ਨੂੰ ਇਹ ਕਿਹਿਆ ਲੀਡਰਸ਼ਿਪ ਕ੍ਰਾਈਸਿਸ ਹੈ ਕਿ ਲੀਡਰਸ਼ਿਪ ਫੇਲਿਅਰ ਹੈ ਟੱਕੜਾ ਕਰਨਾ ਕੋਈ ਪਾਰਟੀ ਦੀ ਵਿਰੋਧੀ ਗੱਲ ਆ ਇਹ ਲੀਡਰਸ਼ਿਪ ਕ੍ਰਾਈਸਿਸ ਦੀ ਗੱਲ ਨਹੀਂ ਲੋਕਾਂ ਦੀ ਜਿਹੜੀ ਭਾਵਨਾ ਬਣੀ ਹੁੰਦੀ ਆ ਲੋਕਾਂ ਦੇ ਇੱਕ ਮਹਿਸੂਸ ਕਰਦੇ ਨੇ ਲੋਕ ਉਹ ਜੇ ਲੀਡਰਸ਼ਿਪ ਨੂੰ ਦੀ ਕਦਰ ਨਾ ਕਰੇ ਉਹਦਾ ਧਿਆਨ ਨਾ ਰੱਖੇ ਤਾਂ ਕੁਦਰਤੀ ਤੌਰ ਤੇ ਫਿਰ ਨੁਕਸਾਨ ਹੁੰਦਾ ਸਾਡਾ ਜਿਹੜਾ ਨੁਕਸਾਨ ਹੋਇਆ ਇਸੀ ਕਰਕੇ ਹੋਇਆ ਨਾ ਵੀ ਵਾਰ-ਵਾਰ ਵਾਰ-ਵਾਰ ਨੀਤੇ ਜਾਣਾ ਮਤਲਬ ਇਹੀ ਕਾਰਨ ਬਣਿਆ ਵੀ ਅਸੀਂ ਲੋਕਾਂ ਦੀ ਭਾਵਨਾ ਦਾ ਧਿਆਨ ਨਹੀਂ ਕੀਤਾ ਸੋ ਅੱਜ ਵੀ ਜਿਹੜਾ ਸਾਡਾ ਕਹਿਣਾ ਇਹ ਸੀ ਕਿ ਲੋਕਾਂ ਦੀ ਭਾਵਨਾ ਦਾ ਧਿਆਨ ਕਰਨ ਦੀ ਲੋੜ ਆ ਔਰ ਮੈਂ ਸਮਝਦਾ ਕਿ ਇਹ ਜੋ ਨੁਕਸਾਨ ਹੈ ਅਕਾਲੀ ਦਲ ਦਾ ਇਹ ਭਾਜਪਾ ਕੇ ਸਾਥ ਛੋੜਨੇ ਸੇ ਹੈ ਜਾਂ ਸਾਥ ਪਕੜਨੇ ਕੇ ਲਈ ਨਹੀਂ ਨਹੀਂ ਇਹਦੇ 'ਚ ਬੀਜੇਪੀ ਦਾ ਸਾਥ ਜੋੜਨਾ ਜਾਂ ਛੋੜਨਾ ਨਹੀਂ ਹੈ ਸਵਾਲ ਸਵਾਲ ਤਾਂ ਇਸ ਗੱਲ ਦਾ ਸੀ ਕਿ ਪਾਰਟੀ ਸਥਿਤੀ ਇਹ ਕਿਉਂ ਬਣੀ ਔਰ ਇਹਨੂੰ ਕਿਵੇਂ ਮੁੜ ਕੇ ਅਸੀਂ ਦੁਬਾਰਾ ਪਾਰਟੀ ਨੂੰ ਬੁਲੰਦੀਆਂ 'ਤੇ ਲੈ ਕੇ ਜਾਈਏ ਸਵਾਲ ਤਾਂ ਇੰਨੇ ਹੀ ਆ ਤੁਸ਼ਵੀਰ ਬਾਦਲ ਸੇ ਨਾ ਹੋ ਪਾਏਗਾ ਆਪਕੋ ਬਸ ਦੇ ਹੋ ਪਾਉਂਦਾ ਫਿਰ ਇਹ ਹਾਲਾਤ ਕਿਉਂ ਹੁੰਦੇ ਸਵਸਥਾ ਤਾਂ ਇਹੀ ਆ ਤੇ ਇਹ ਫਿਕਰ ਮਤਲਬ ਪਹਿਲੀ ਗੱਲ ਤਾਂ ਵੀ ਪਾਰਟੀ ਪ੍ਰਧਾਨ ਨੂੰ ਪਾਰਟੀ ਨੂੰ ਜੋੜਨ ਵੱਲ ਯਤਨ ਕਰਨਾ ਚਾਹੀਦਾ ਨਾ ਕਿ ਪਾਰਟੀ ਨੂੰ ਤੋੜਨ ਵੱਲ ਪਾਰਟੀ ਪ੍ਰਧਾਨ ਹੀ ਜੇ ਇਕ ਧੜੇ ਦੀ ਮੀਟਿੰਗ ਲਾਜਾਂਗੇ ਕਰਨਾ ਜਾਂ ਇੱਕ ਗਰੁੱਪ ਦੀ ਮੀਟਿੰਗ ਲਾਜਾਂਗੇ ਕਰਨਾ ਤਾਂ ਕੁਦਰਤੀ ਤੌਰ ਤੇ ਫਿਰ ਖੰਡਾ ਪੈਦਾ ਹੁੰਦਾ ਜਿਹੜੇ ਕੁਝ ਗੈਰ ਆਪ ਲੋਕੋ ਕੋ ਕਿਆ ਪਾਰਟੀ ਮੇ ਜਿਹੜੇ 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 ਇਹ ਬੁਲਾਇਆ ਗਿਆ ਹੁੰਦਾ ਫਿਰ ਤਾਂ ਅਸੀਂ ਜ਼ਰੂਰ ਜਾਂਦੇ ਜਦੋਂ ਬੁਲਾਇਆ ਅਸੀਂ ਜਾ ਕੇ ਰਹੇ ਆਪਣੀ رائے ਦੰਦੇ ਰਹੇ ਸੁਹਿਰਦ ਹੋ ਕੇ ਦੰਦੇ ਰਹੇ ਆ ਪਾਰਟੀ ਨੂੰ ਬਚਾਉਂਦੀਆਂ ਆਪਣੀਆਂ ਰਾਵਾ ਦੇ ਰਹੇ ਠੀਕ ਹੋਵੇ ਗਲਤ ਹੋਵੇ ਮੰਨਣਾ ਜਾਂ ਨਾ ਮੰਨਣਾ ਅਲੱਗ ਗੱਲ ਆਪਣੀ رائے ਦੇਣਾ ਸਾਡਾ ਹੱਕ ਆ ਸੋ ਇਸ ਕਰਕੇ ਇਹੀ ਤਾਂ ਚਿੰਤਾ ਵੀ ਇੱਕ ਧੜੇ ਦੀ ਇੱਕ ਗਰੁੱਪ ਦੀ ਮੀਟਿੰਗ ਜੇ ਪਾਰਟੀ ਪ੍ਰਧਾਨੀ ਕਰਨ ਲੱਜਾਂਗੇ ਤੇ ਕੁਦਰਤੀ ਤੌਰ ਤੇ ਖੰਡਾ ਪੈਦਾ ਹੋ ਜਾਂਦਾ ਪਾਰਟੀ ਪ੍ਰਧਾਨ ਨੂੰ ਤਾਂ ਪਾਰਟੀ ਜੋੜਨ ਬਲਬੋਧਣਾ ਚਾਹੀਦਾ ਪਾਰਟੀ ਤੋੜਨ ਵਾਲੀ ਬਣਾ ਚਾਹੀਦਾ ਹੈਰਾਨੀ ਇਸ ਗੱਲ ਦੀ ਪਾਰਟੀ ਕਿ ਟੁੱਟ ਰਹੀ ਹੈ ਵਰਟੀਕਲ ਸਪਲਿਟ ਹੈਰਾਨੀ ਇਸ ਗੱਲ ਦੀ ਆ ਵੀ ਜਿਹੜੇ ਗੈਰ ਅਕਾਲੀ ਲੋਕ ਨੇ ਗੈਰ ਅਕਾਲੀ ਸਲਾਹਕਾਰ ਨੇ ਜਿਨ੍ਹਾਂ ਨੇ ਕਿਤੇ 5 ਮਿੰਟ ਵੀ ਕਿਤੇ ਪਾਰਟੀ ਲਈ ਪਾਰਟੀ ਦੇ ਹੱਕਾਂ ਲਈ ਲੋਕਾਂ ਦੇ ਹੱਕਾਂ ਲਈ ਸੰਘਰਸ਼ ਨਹੀਂ ਕੀਤਾ ਉਹ ਉਹਨਾਂ ਪਰਿਵਾਰਾਂ ਤੇ ਉਂਗਲ ਉਠਾਉਣਾ ਜਿਨ੍ਹਾਂ ਨੇ ਭਾਟ ਤੇ ਸ਼ਰੋਮਣੀ ਕਾਲੀਦਾਲ ਦੀ ਵਿਰਾਸਤ ਬਣਾਈ ਆ ਸ਼ਰੋਮਣੀ ਕਾਲੀਦਾਲ ਦੇ ਜਿਹੜੇ ਪਰਿਵਾਰਾਂ ਨੇ ਬੜੇ ਵੱਡੇ ਮੁਸੀਬਤਾਂ 'ਚ ਫਿਰ ਚੁੱਲੇ ਨੇ ਉਹਨਾਂ ਲੋਕਾਂ ਤੇ ਉਂਗਲ ਉਠਾਉਣਾ ਹੁਣ ਜਿਹੜੇ ਲੋਕਾਂ ਨੇ ਜਲੰਧਰ ਮੀਟਿੰਗ ਕੀਤੀ ਉਹਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ ਜਹੇਦਰ ਮੋਹਨ ਸਿੰਘ ਤੁਰਜੀ ਦਾ ਪਰਿਵਾਰ ਜਹੇਦਰ ਜਗਦੇਵ ਸਿੰਘ ਤਲਵੰਡੀ ਜੀ ਦਾ ਪਰਿਵਾਰ ਔਰ ਜਹੇ ਸਾਹਿਬ ਸਰਜੀਤ ਸਿੰਘ ਬਰਨਾਲਾ ਜੀ ਦਾ ਪਰਿਵਾਰ ਜਹੇਦਾ ਗੁਰਚਰਨ ਸਿੰਘ ਟੋੜਾ ਜੀ ਦਾ ਪਰਿਵਾਰ ਮਾਲਾ ਢੀਂਟ ਸਾਹਿਬ ਦਾ ਪਰਿਵਾਰ ਬਡਾਲਾ ਸਾਹਿਬ ਦਾ ਪਰਿਵਾਰ ਗੁਲਸ਼ਨ ਜੀ ਦਾ ਪਰਿਵਾਰ ਮਤ ਜਿਨ੍ਹਾਂ ਨੇ ਅਗਲੀ ਕਤਾਰ ਵਿੱਚ ਹੋ ਕੇ ਅੱਜ ਦੇ ਹਾਲਾਤਾਂ ਤੱਕ ਲਿਆਉਣ ਵਿੱਚ ਸ਼ਰਮਣੀ ਅਕਾਲੀ ਦਲ ਨੂੰ ਦੇਸ਼ ਤੇ ਸੂਬੇ ਵਿੱਚ ਰਾਜਕਰਨ ਜੋਗਰਾ ਬਣਾਇਆ ਸੀ ਉਹਨਾਂ ਲੋਕਾਂ ਦੇ ਪਰਿਵਾਰਾਂ ਤੇ ਲੀਡਰਾਂ ਦੇ ਉਹਨਾਂ ਲੀਡਰਾਂ ਦੇ ਪਰਿਵਾਰਾਂ ਤੇ ਉਂਗਲ ਉਠਾਉਣਾ मैं शोभा नहीं और उन्होंने बीजेपी कांग्रेस कहना महाराष्ट्र में हुआ के साथ ये ऑपरेशन की की लो, लोटस जब आप मेयर की चोन होती है चंडीगढ़ में उसमें तो बीजेपी के पक्ष में वोट डालते हैं क्या वो ऑपरेशन लोटस था फिर राष्ट्रपति की इलेक्शन में ਬਿਨਾਂ ਕਿਸੇ ਕੰਡੀਸ਼ਨ ਸੇ ਵੋਟ ਡਾਲਤੇ ਹੈ ਬੀਜੇਪੀ ਕੋ ਉਹ ਆਪ ਜਿਹਾ ਕਹਤਾ ਜਹਾ ਮੇਰਾ ਨੰਦਕੋਸ਼ ਵਾ ਗਦੀ ਮਰੀ ਗਾਨੀ ਦੋਸ਼ ਹੈ ਜੋ ਆਪ ਜੋ ਮਰਜ਼ੀ ਕਰੀ ਜਾ ਦੂਜਾ ਜੇ ਪਾਰਟੀ ਨੂੰ ਬਚਾਉਣਾ ਯਾ ਮਤਲ ਜਿਹੜੀ ਜ਼ਿਲੰਦਰ ਦੇ ਵਿੱਚ ਮੀਟਿੰਗ ਹੋਈ ਉਹ ਇਹੀ ਹੋਈ ਨਾ ਕਿ ਸ਼ਰਮਣੀ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਯਤਨ ਕੀਤੇ ਜਾਣ ਸ਼ਰਮਣੀ ਅਕਾਲੀ ਦਲ ਨੂੰ ਮੋੜ ਕੇ ਫਰਸ ਤੋਂ ਵਾਸਤੇ ਲੈ ਜਾਣ ਦੇ ਯਤਨ ਕੀਤੇ ਜਾ ਇਹਦੇ ਚ ਕੀ ਮਾੜੀ ਗੱਲ ਆ ਇਹਦਾ ਮਤਲਬ ਇਹ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਹਦਾ ਮਤਲਬ ਇਹ ਪਾਰਟੀ ਨੂੰ ਮਤਲ ਹੈ ਤੱਕ ਇਹ ਹੋਰ ਜਾਣਾ ਚਾਹੁੰਦੇ ਨੇ ਫਰਸ ਤੇ ਤਾਂ ਆ ਗਈ ਹੁਣ ਧਰ ਨਹੀਂ ਨਹੀਂ ਰੁਗਾਈ ਵੀ ਚਲੇ ਜਾਣਾ ਚਾਹੁੰਦੇ ਨੇ ਸੋ ਮੇਰਾ ਮਤਲਬ ਇਹ ਵੀ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਵੀ ਕੋਈ ਚੰਗੀ ਰਹਿ ਦਿੰਦਾ ਜੇ ਸਿਹਰ ਦਰ ਰਹਿ ਦਿੰਦਾ ਉਹਨੂੰ ਤੁਸੀਂ ਕਹੋ ਵੀ ਇਹ ਬੀਜੇਪੀ ਦਾ ਏਜੰਟ ਆ ਜਾਂ ਕਾਂਗਰਸ ਦਾ ਏਜੰਟ ਆ ਮਤਲਬ ਜਿਵੇਂ ਕਹਿੰਦੇ ਨੇ ਛਾਜਿਤਾ ਬੋਲੇ ਛਾਨ ਨਹੀਂ ਕਿ ਬੋਲੇ ਜਿਨ੍ਹਾਂ ਨੇ ਬੀਜੇਪੀ ਦੇ ਨਾਲ ਰਲ ਕੇ ਰਾਜ ਭਾਗ ਹੰਡਾਇ ਹੋ ਉਹ ਮਤਲਬ ਇਹ ਗੱਲਾਂ ਕਹਿ ਪਰ ਮੂਲ ਕਾਰਨ ਕੀ ਹੈ ਆਕਾਲੀ ਦਲ ਦਾ ਇਤਨਾ ਡਾਊਨਫੋਲ ਹੋਣਾ ਦੇਖੋ ਇਹੀ ਦਾ ਹੱਲ ਇਹੀ ਤਾਂ ਗੱਲਾਂ ਲੱਭਣੀਆਂ ਨੇ ਇਹੀ ਤਾਂ ਸੀ ਲੋਕ ਮਹਿਸੂਸ ਕਰ ਰਹੇ ਨੇ ਕਿ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਸੋਲਾਂ ਤੇ ਪਿੱਛੇ ਹਟੀਆ ਪਿਛਲੇ ਸਮੇਂ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਕਮੀਆਂ ਰਹੀਆਂ ਗਲਤੀਆਂ ਰਹੀਆਂ ਉਹਨਾਂ ਤੋਂ ਮਤਲਬ ਉਹਨਾਂ ਤੋਂ ਸਭ ਸਿੱਖ ਕੇ ਅੱਗੇ ਨੂੰ ਮਤਲਬ ਉਹ ਗਲਤੀਆਂ ਨਾ ਦੁਹਰਾਇਆਂ ਜਾਣ ਉਹਦਾ ਨਿਰਣਾ ਪਾਰਟੀ ਕੋ ਕੌਣ ਲੀਡ ਕਰੇਗਾ ਅਭੀ ਤੱਕ ਤਾਂ ਐਸਾ ਲੱਗ ਰਿਹਾ ਸੀ ਕਿ ਬਦਲ ਪਰਿਵਾਰ ਹੀ ਲੀਡ ਕਰ ਰਹਾ ਹੈ ਇਹਹੀ ਤਾਂ ਗੱਲ ਹੈ ਨਾ ਜੀ ਇਹ ਤਾਂ ਤਾਂ ਹੁਣ ਕੌਣ ਲੀਡ ਕਰੇਗਾ ਤਕੋ ਅਸੀਂ ਇਹੀ ਫੈਸਲਾ ਕੀਤਾ ਵੀ ਕੋਈ ਬੰਦਾ ਵੀ ਜਿਹੜਾ ਸ਼ਰਮਣੀ ਅਕਾਲੀ ਦਲ ਦੀ ਕਿ ਸੋਚ ਹੈ ਕਿ ਵਿਚਾਰਧਾਰਾ ਇਹ ਧਰਮ ਤੇ ਰਾਜਨੀਤੀ ਦਾ ਸਮੇਲ ਆ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਵਿਚਾਰਧਾਰਾ ਤੇ ਸ਼ਰਮਣੀ ਅਕਾਲੀ ਦਲ ਉਸ ਸੋਚ ਨੂੰ ਲੈ ਕੇ ਕਿਵੇਂ ਸਫਲ ਹੋ ਸਕਦਾ ਉਹਦੇ ਲਈ ਕੌਣ ਅਗਵਾਈ ਕਰ ਸਕਦਾ ਉਹਦੀ ਅਸੀਂ ਟਲੱਛ ਕਰ ਰਹੇ ਕਿਸੇ ਧਾਰਮਿਕ ਵਿਅਕਤੀ ਦੀ ਕਿਸੇ ਪੋਲੀਟੀਕਲ ਬੰਦੇ ਦੀ ਜਿਹੜਾ ਦੋਨਾਂ ਗੱਲਾਂ ਨੂੰ ਮਤਲਬ ਪ੍ਰੈਜ਼ੈਂਟ ਕਰ ਸਕੇ ਉਸ ਤਾਂ ਨਹੀਂ ਕੋਈ ਅਗਵਾਈ ਅੱਜ ਬਾਤ ਇਹ ਹੈ ਕਿ ਇੱਕ ਮਿਆਨ ਮੇ ਦੋ ਤਲਵਾਰੇ ਨਹੀਂ ਰਹਿ ਸਕਦੀਆਂ ਤਾਂ ਇੱਕ ਧੜਾ ਹੈ ਆਪਕਾ ਇੱਕ ਧੜਾ ਹੈ ਉਨ੍ਹਾਂ ਦਾ ਤਾਂ ਕੌਣ ਕੌਣ ਪ੍ਰਵੇਲ ਕੌਣ ਕਰੇਗਾ ਨਹੀਂ ਧੜੇ ਤਾਂ ਦੇਖੋ ਅਸੀਂ ਨਹੀਂ ਸਮਝਦੇ ਕੋਈ ਧੜੇ ਹੈ ਜਾਂ ਧੜੇ ਹੋਣੇ ਚਾਹੀਦੇ ਆ ਸ਼ਰਮਣੀ ਅਕਾਲੀ ਦਲ ਇੱਕੇ ਧੜਾ ਸ਼ਰਮਣੀ ਅਕਾਲੀ ਦਲ ਇੱਕ ਵਿਚਾਰਧਾਰਾ ਸ਼ਰਮਣੀ ਅਕਾਲੀ ਦਲ ਦੇ ਸਿਧਾਂਤ ਨੇ ਜਿਹੜੇ ਲੋਕ ਉਹ ਸਿਧਾਂਤ ਤੇ ਪਹਿਰਾ ਦੇਣਗੇ ਉਹ ਕੁਦਰਤੀ ਤੌਰ ਤੇ ਇੱਕ ਪਾਰਟੀ ਦੇ ਤੌਰ ਤੇ ਚੱਲਣਗੇ ਜਿਹੜਾ ਬੰਦਾ ਉਹ ਸਿਧਾਂਤ ਤੇ ਐਸਾ ਲੱਗ ਰਿਹਾ ਹੈ ਕਿ ਜਾਂ ਤਾਂ ਉਹ ਰਹਿਣਗੇ ਜਾਂ ਆਪ ਰਹਿਣਗੇ ਤਾਂ ਕੌਣ ਰਹੇਗਾ ਕਿ ਆਪ ਲੋਕ ਨਿਕਲ ਕੇ ਆਪਣੀ ਪਾਰਟੀ ਬਣਾਉਣੇ ਦਾ ਸੋਚ ਰਹੇ ਹੈ ਜਾਂ ਆਪ ਸੋਚ ਰਹੇ ਕਿ ਉਹਨੂੰ ਹਟਾएंगे ਕਿਆ ਮੀਨਸ ਪਾਰਟ ਪਾਰਟੀ ਕਿਸੇ ਦੀ ਜਾਇਦਾਦ ਨਹੀਂ ਹੁੰਦੀ ਪਾਰਟੀ ਇੱਕ ਆਮ ਲੋਕਾਂ ਦੀ ਉਹਨਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਉਹ ਵਿਚਾਰ ਨਾਲ ਜੁੜੇ ਹੁੰਦੇ ਨੇ ਸੋ ਸਾਡੀ ਕੋਸ਼ਿਸ਼ ਹੋਏਗੀ ਵੀ ਸਾਰੇ ਅਕਾਲੀ ਦਲ ਦੀ ਸੋਚ ਵਿਚਾਰ ਧਾਰਾ ਦੇ ਨਾਲ ਜੁੜਨਾ ਤੇ ਜਿਹੜੇ ਸ਼ਰਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜਨਗੇ ਉਹ ਸ਼ਰਮਣੀ ਅਕਾਲੀ ਦਲ ਨੂੰ ਤਾਂ ਤੁਸੀਂ ਬੋਲ ਰਹੇ ਹੋ ਉਹ ਤਾਂ ਕੁਝ ਜਿੱਤ ਕੇ ਵੀ ਆਏ ਹਨ ਉਹਨਾਂ ਦੇ ਪਾਸ ਤੋਂ ਬਟਿੰਡਾ ਸੀਟ ਵੀ ਹੈ ਆਪ ਲੋਕੋ ਕੇ ਪਾਸ ਕੀ ਹੈ ਦੇਖੋ ਗੱਲ ਇਹ ਆ ਵੀ ਜਿਵੇਂ ਬਟਿੰਡਾ ਸੀਟ ਜਿੱਤੀ ਉਹ ਵੀ ਸਭ ਨੂੰ ਪਤਾ ਕਿਵੇਂ ਜਿੱਤੀ ਆ ਤੇ ਜਿਹੜੀਆਂ ਸੀਟਾਂ ਹਾਰੀਆਂ ਮਤਲਬ ਉਹ ਸੀਟਾਂ ਦਾ ਤੁਹਾਨੂੰ ਵੀ ਪਤਾ ਵੀ ਪਾਰਟੀ ਟੋਟਲ ਪਹਿਲੀ ਵਾਰ ਹੋਇਆ ਵੀ ਪਾਰਟੀ ਦੀ ਟੋਟਲ ਪਾਰਟੀ ਦੀ ਜਵੰਤ ਜਵਤ ਹੋ ਗਈ ਸੋ ਇਸ ਕਰਕੇ ਇਹੀ ਤਾਂ ਸੋਚਣਾ ਹੀ ਗੱਲ ਆ ਇਹੀ ਤਾਂ ਵਿਚਾਰਨਾ ਹੀ ਗੱਲ ਆ ਜਿਹੜੀ ਅਸੀਂ ਵਿਚਾਰ ਰਹੇ ਆਂ ਆਹ ਇਹ ਜੋ ਆਪਕਾ ਅਲੱਗ ਸੇ ਜੋ ਪੂਰਾ ਤਕਕਾ ਹੈ ਇਹ ਇਹ ਆਪ ਕਿਆ ਕਿਆ ਪਲਾਨ ਹੈ ਆਪ ਲੋਗੋਂ ਕਾ ਪਹਿਲੀ ਤਾਰੀਖ ਕੋ ਆਪ ਲੋਗ ਘਰ ਮੰਦਰ ਸਰ ਵੀ ਜਾ ਰਹੇ ਨੇ ਨਹੀਂ ਅਸੀਂ ਜਿਹੜਾ ਫੈਸਲਾ ਕੀਤਾ ਵੀ ਸ੍ਰੀ ਅਕਾਲ ਤਾ ਸਭ ਤੇ ਜਾ ਕੇ ਪਹਿਲਾਂ ਤਾਂ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਜਿਹੜੀਆਂ ਪਿੱਛੇ ਖਾਮੀਆਂ ਕਮੀਆਂ ਰਹੀਆਂ ਉਹਨਾਂ ਨੂੰ ਉਹਨਾਂ ਦੀ ਭੁਲ ਬਖਸ਼ਾਵੇ ਤੇ ਉ ਤੋਂ ਬਾਅਦ ਗੁਰੂ ਅੱਗੇ ਅਰਦਾਸ ਕਰੇ ਵੀ ਅੱਗੇ ਨੂੰ ਇਹ ਗਲਤੀਆਂ ਨਾ ਹੋਣ ਤੇ ਅੱਗੇ ਨੂੰ ਸ਼ਰਮਣੀ ਕਾਲੀਦਾਲ ਨੂੰ ਇੱਕ ਤਾਕਤਵਰ ਜਮਾਤ ਦੇ ਤੌਰ ਤੇ ਖੜਾ ਕਰਨ ਦੀ ਸਾਨੂੰ ਸ਼ਕਤੀ ਵਕਸੇ ਗੁਰੂ ਤੇ ਸਮਤਾ ਵਕਸੇ ਪਰ ਸੁਖਬੀਰ ਬਾਦਲ ਕੇ ਅੰਡਰ ਨਹੀਂ ਹੋਗਾ ਅਬ ਜੋ ਵੀ ਹੋਗਾ ਉਹ ਇੱਕ ਨਵੇਂ ਸਿਰੇ से ਇਹ ਤਾਂ ਫੈਸਲਾ ਕਰਨਗੇ ਜਿਹੜੇ ਲੋਗ ਸ਼ਰਮਣੀ ਕਾਲੇ ਵਾਲ ਨੂੰ ਪਿਆਰ ਕਰਦੇ ਨੇ ਵੀ ਕਿਹਦੀ ਅਗਵਾਈ ਹੋਣੀ ਚਾਹੀਦੀ ਆ ਕਿਵੇਂ ਇਹ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਪ੍ਰੋਫੈਸਰ ਸਾਹਿਬ ਜੋ ਕਿ ਹਮਸੇ ਸਿੱਧਾ ਬਾਤ ਕਰ ਰਹੇ تھے ਔਰ ਇੱਕ ਬਾਤ ਤੋਂ ਤੈ ਹੈ ਕਿ ਸੁਖਬੀਰ ਸਿੰਘ ਬਾਦਲ ਪੇ ਖਤਰੇ ਕੇ ਬਦਲ ਮੰਡਰਾ ਰਹੇ ਹੈ कितने दिन तक वो बने रहते हैं क्योंकि एक तबका है जो कि सीधा सीधा बोल रहा है कि वो प्रेसिडेंट बने रहेंगे और दूसरा है जिनमें से कई बड़े नेता हैं अब सवाल या निशान उन पर खड़े कर रहे हैं अब कितने दिन तक ये कश्मकश कश्म बना रहता है या कोई क्लैरिटी मिलती है ये देखने वाली बात होगी कैमरा पर्सन चांदी राम के साथ कमलजीत संधु मोहाली आज तक